ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੱਲ ਉੱਥੇ ਤਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਹੁਲੜ ਵਾਜਾਂ ਨੇ ਹੁਲੜ ਵਾਜੀ ਕੀਤੀ ਆ ਉਹਦੇ ਵਿੱਚ ਜੇ ਮੈਂ ਤੁਹਾਨੂੰ ਵਿਸਤਾਰ ਨਾਲ ਦੱਸਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬੂੰਗਾ ਨਾਨਕ ਸਰ ਵੱਲੋਂ ਕੇਸ ਵੱਖ-ਵੱਖ ਕੋਟਾ ਦੇ ਵਿੱਚ ਵੱਖ-ਵੱਖ ਸਮਿਆਂ ਦੇ ਵਿੱਚ ਝਗੜੇ ਗਏ ਤਾਂ ਜਿਹਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਅਪੀਲ ਪਾਈ ਗਈ ਸੀ ਤਲਵੰਡੀ ਸਾਬੋ ਦੀ ਸਿਵਲ ਕੋਰਟ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਸਿਵਲ ਸੂਟ ਨੰਬਰ 164 ਮਿਤੀ 5 11 2008 ਨੂੰ ਪਾਈ ਗਈ ਸੀ ਜਿਸ ਦਾ ਫੈਸਲਾ 4 1 2011 ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਦੇ ਵਿੱਚ ਮਾਨਯੋਗ ਜਗਤ ਸਿੰਘ ਸਾਹਿਬ ਨੇ ਕੀਤਾ ਉਸ ਤੋਂ ਬਾਅਦ ਬੁੰਗਾ ਨਾਨਕ ਸਰ ਵੱਲੋਂ ਅਪੀਲ ਪਾਈ ਗਈ 41 2011 ਨੂੰ ਅਪੀਲ ਪਾਈ ਗਈ ਜਿਸ ਦਾ ਫੈਸਲਾ ਸੈਸ਼ਨ ਜੱਜ ਮਾਨ ਜੋਗ ਸੈਸ਼ਨ ਜੱਜ ਬਠਿੰਡਾ ਵੱਲੋਂ 10 2 2011 ਨੂੰ ਕੀਤਾ ਗਿਆ ਉਸ ਤੋਂ ਬਾਅਦ ਫਿਰ ਵੀ ਨਾਨਕ ਸਰ ਬੁੰਗਾ ਵੱਲੋਂ 24 5 2013 ਨੂੰ ਜਿਹੜਾ ਹੱਕ ਦੇ ਵਿੱਚ ਫੈਸਲਾ ਸੀ ਉਹਦੇ ਖਿਲਾਫ ਦੇ ਵਿੱਚ ਹਰਿਆਣਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਨੰਬਰ 50 15 2013 ਦੇ ਵਿੱਚ ਇਹਨਾਂ ਨੇ ਅਪੀਲ ਪਾਈ ਸੀ ਉਸ ਤੋਂ ਬਾਅਦ ਉਹ ਕੱਚਾਂ ਦੇ ਵਿੱਚ ਹੀ ਮਾਨ ਜੋ ਹਾਈ ਕੋਰਟ ਵੱਲੋਂ ਉਡਾਈ ਗਈ ਉੱਥੇ ਵਸ ਨਹੀਂ ਹੋਇਆ ਇਹ ਨਹੀਂ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਲਾ ਹਾਈ ਕੋਰਟ ਦਾ ਫੈਸਲਾ ਲੈ ਕੇ ਖੜ ਗਈ ਆ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਦੋਂ ਇਹਨਾਂ ਨੇ ਸਪਰੀਮ ਕੋਰਟ ਵਿੱਚ ਕੋਈ ਵੀ ਅਪੀਲ ਨਹੀਂ ਪਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਡੀਸੀ ਸਾਹਿਬ ਬਠਿੰਡਾ ਦੇ ਜਨਾ ਪਾਈ ਗਈ ਕਬਜ਼ਾ ਬਰਾਂਟ ਪ੍ਰਾਪਤ ਕਰਨ ਵਾਸਤੇ ਜੋ ਕਿ ਮਾਨਯੋਗ ਐਡੀਸੀ ਸਾਹਿਬ ਦੇ 16 11 2018 ਨੂੰ ਜੋ ਕਬਜ਼ਾ ਬਰਾਂਟ ਈਸ਼ੂ ਕਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਸ ਦਾ ਕਬਜ਼ਾ ਕਾਰਵਾਈ ਜਿਹੜੀ ਆ ਕਰੋਨਾ ਮਹਾਮਾਰੀ ਕਾਰਨ ਇਹ ਡਿਲੇ ਹੋਈ ਉਸ ਤੋਂ ਬਾਅਦ ਪੁਸ਼ਤੀ ਮਜ਼ਾਤ ਨਾਲ ਜਿਹਦਾ ਪੱਤਰ ਨੰਬਰ 580506 ਮਿਤੀ 6 10 2022 ਨੂੰ ਮਿਲ ਚੁੱਕਾ ਸੋ ਇਹ ਤਾਂ ਕੇਸ ਦਾ ਜਿਹੜਾ ਹੈਗਾ ਜੋ ਫੈਸਲੇ ਵੱਖ-ਵੱਖ ਕੋਰਟਾਂ ਦੇ ਵਿੱਚ ਚੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਤੇ ਗਏ ਔਰ ਜੋ ਅਦਾਲਤਾਂ ਨੇ ਫੈਸਲੇ ਕੀਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵੀਕਾਰ ਕੀਤੇ ਇਹ ਜਗ੍ਹਾ ਸੀਗੀ ਜਿਹੜੇ ਕੇਸ ਚੱਲੇ ਨੇ 15 ਕਨਾਲਾ 14 ਮਰਲੇ ਦਾ ਕੇਸ ਜਿਹੜਾ ਚੱਲਿਆ ਬੁੰਗਾ ਨਾਨਕ ਸਰ ਨਾਲ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੱਕ ਦੇ ਵਿੱਚ ਵੱਖ-ਵੱਖ ਕੋਟਾ ਦੇ ਵਿੱਚ ਹੋਇਆ ਵਾ ਉਸ ਤੋਂ ਬਾਅਦ ਕੀ ਹੋਇਆ ਜਦੋਂ ਫੈਸਲੇ ਹੋ ਗਏ ਗੱਲ ਟੇਬਲ ਤੇ ਆਉਣੀ ਸ਼ੁਰੂ ਹੋ ਗਈ ਨਾਨਕ ਸਰ ਬੁੰਗਾ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਸਮਝੌਤੇ ਦੇ ਤਹਿਤ ਜ਼ਮੀਨ ਜਿਹੜੀ 15 ਕਨਾਲਾ 14 ਮਰਲੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਕਿ ਸਾਡੇ ਨਾਲ ਬੈਠ ਕੇ ਮੀਟਿੰਗ ਕੀਤੀ ਜਾਵੇ। ਔਰ ਸਿੰਘ ਸਾਹਿਬ ਵੱਲੋਂ ਕਾਰਵਾਈ ਹਿਤ ਭੇਜੀ ਤੀ ਐਪਲੀਕੇਸ਼ਨ ਜਿਸ ਦਾ ਫੈਸਲਾ ਆਇਆ ਜੋ ਇਹਨਾਂ ਨੇ ਕਮੇਟੀ ਬਣਾਈ ਬੁੰਗਾ ਨਾਨਕ ਸਾਹਿਬ ਅਮਦਾਸ ਸਿੰਘਾ ਜੋ ਕਿ ਕਮੇਟੀ ਦੀ ਐਪਲੀਕੇਸ਼ਨ ਆਪ ਦੀ ਲੈਟਰਪੈਡ ਤੇ ਦਿੱਤੀ ਗਈ ਔਰ ਜੋ ਜੋ ਗੱਲਬਾਤ ਕਰਨਗੇ ਇਹਨਾਂ ਵੱਲੋਂ ਨਾਮਜਦ ਬੰਦੇ ਕੀਤੇਗੇ ਪ੍ਰਧਾਨ ਪੰਜਾਨ ਚੀ ਜੋ ਵੀ ਇਹਨਾਂ ਦੇ ਅਹੁਦੇਦਾਰ ਸੀਗੇ ਉਹ ਆਪਣੀ ਲੈਟਰਪੈਡ ਦੇ ਉੱਤੇ ਇਹਨਾਂ ਨੇ ਨਾਮ ਬਕਾਇਦਾ ਮੋਬਾਈਲ ਨੰਬਰ ਪਾ ਕੇ ਦਿੱਤੇਗੇ ਜੋ ਕਿ ਸਾਡੇ ਨਾਲ ਵੱਖ-ਵੱਖ ਕੋਰਟਾਂ ਦੇ ਵਿੱਚ ਕੇਸ ਝਗੜ ਰਹੇ ਸੀ ਉਹੀ ਇਹ ਆਦਮੀ ਸੀ ਉਸ ਤੋਂ ਬਾਅਦ ਸਿੰਘ ਸਾਹਿਬ ਜੀ ਨੇ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੂੰ ਪੱਤਰ ਭੇਜਿਆ ਜਿਨ੍ਹਾਂ ਨੇ ਸਾਡੀ ਸਬ ਕਮੇਟੀ ਬਣਾਈ ਗਈ ਜਿਹਦੇ ਵਿੱਚ ਸਰਦਾਰ ਨਵਤੇਜ ਸਿੰਘ ਜੀ ਕੌਣੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਸ ਮੋਨ ਸਿੰਘ ਬੰਗੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਅਮਰੀਕ ਸਿੰਘ ਜੀ ਕੋਰਸ਼ਵੀਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੇ ਸਬ ਕਮੇਟੀ ਬਣਾਤੀ ਕਿ ਇਹਨਾਂ ਨਾਲ ਗੱਲਬਾਤ ਕਰਕੇ ਫੈਸਲਾ ਕੀਤਾ ਜਾਵੇ ਸਾਡੀਆਂ ਬਹੁਤ ਮੀਟਿੰਗਾਂ ਹੋਈਆਂ ਜਿਸ ਦੇ ਵਿੱਚ ਜਿਮਣੀ ਆਰਡਰ ਵੀ ਪਏ ਪ੍ਰਸ਼ਾਸਨ ਦੇ ਸਤਕਾਰ ਜੋ ਐਸ ਡੀ ਐਮ ਸਾਹਿਬ ਵੀ ਬੈਠੇ ਤਹਿਸੀਲਦਾਰ ਸਾਹਿਬ ਵੀ ਬੈਠੇ ਨਹਿ ਤਹਿਸੀਲਦਾਰ ਸਾਹਿਬ ਵੀ ਬੈਠੇ ਐਸ ਡੀ ਐਮ ਸਾਹਿਬ ਵੀ ਆਪਣਾ ਡੀ ਐਸ ਪੀ ਸਾਹਿਬ ਵੀ ਬੈਠੇ ਸੋ ਉਹਨਾਂ ਨੇ ਆਪਣੇ ਜੁਣੀ ਆਰਡਰ ਵੀ ਪਾਏਗੇ ਵੱਖ-ਵੱਖ ਕਾਫੀ ਮੀਟਿੰਗਾਂ ਹੋਈਆਂ ਸਿੱਟਾ ਇਹ ਹੋਇਆ ਉਸ ਤੋਂ ਬਾਅਦ ਕੇਸ ਜਿਹੜਾ ਉਸ ਤੋਂ ਬਾਅਦ ਕੇਸ ਜਿਹੜਾ ਅਸੀਂ ਫੈਸਲੇ ਤੇ ਲੱਗੇ ਜੋ ਕਿ ਬੁੰਗਾ ਬੁੰਗਾ ਨਾਨਕਸਰ ਨਾਲ ਜੋ ਫੈਸਲਾ ਹੋਇਆ ਉਥੇ ਸਬ ਕਮੇਟੀ ਨੇ ਕੀਤਾ 15 ਕਨਾਲਾ 14 ਮਰ ਲਿਆ ਦਾ ਇਹ ਫੈਸਲਾ ਹੋਇਆ ਕਿ ਇਹ ਜਗ੍ਹਾ ਜਿਹੜੀ ਖਾਲੀ ਕਰਵਾਈ ਜਾਵੇ ਕਿਉਂਕਿ ਤਖਤ ਸਾਹਿਬ ਦੇ ਜਮਾਂ ਨਾਲ ਲੱਗਦੀ ਜਗ੍ਹਾ ਹੈ ਉੱਥੇ ਹੋਰ ਬਹੁਤ ਸਾਰੇ ਕਾਰਜ ਆਪਾਂ ਕਰਨੇ ਨੇ ਇਹਨਾਂ ਨੂੰ ਇੱਕ ਸਾਈਡ ਦੇ ਉੱਤੇ ਇਸੇ ਜਗ੍ਹਾ ਦੇ ਵਿੱਚੋਂ ਹੀ ਦਿੱਤੀ ਜਾਵੇ ਇਸ ਜਗ੍ਹਾ ਦੇ ਨਾਲ ਲੱਗਦੀ ਜਗ੍ਹਾ ਅਸੀਂ ਇਹ ਫੈਸਲਾ ਇੱਕ ਕਨਾਲ ਤੋਂ ਚੱਲੇ ਤਿੰਨ ਕਨਾਲਾਂ ਦਾ ਫੈਸਲਾ ਇਹਨਾਂ ਨਾਲ ਸਾਡਾ ਹੋ ਗਿਆ ਕਿ ਬਹੁਤ ਕੀਮਤੀ ਜਗ੍ਹਾ ਤਿੰਨ ਕਨਾਲਾਂ ਮੇਨ ਰੋਡ ਦੇ ਉੱਪਰ ਲੱਗਦੀ ਆ ਉਹਦੇ ਉੱਤੇ ਦਿੱਤਾ ਜਾਵੇ ਔਰ ਨਾਲ ਹੀ ਇਹਨਾਂ ਦੀ ਸ਼ਰਤ ਸੀ ਕਿ ਅਸੀਂ ਗੁਰਦੁਆਰਾ ਸਾਹਿਬ ਬਣਾਉਣਾ ਦਾਲੀ ਸਤਕਾਰਜੋਗ ਸਿੰਘ ਸਾਹਿਬ ਜੀ ਨੇ ਕਿਹਾ ਤਾਂ ਕਿ 50 ਲੱਖ ਰੁਪਇਆ ਇਹਨਾਂ ਨੂੰ ਗੁਰਦੁਆਰਾ ਸਾਹਿਬ ਦੀ ਸਾਰੀ ਵਾਸਤੇ ਦਿੱਤਾ ਜਾਵੇ ਅਸੀਂ ਉਹ ਵੀ ਸਵੀਕਾਰ ਕਰ ਲਿਆ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜਿਹੜਾ ਮਲਬਾ ਇਸ ਗੁਰਦੁਆਰਾ ਸਾਹਿਬ ਦੇ ਬਿਲਡਿੰਗ ਦੇ ਵਿੱਚੋਂ ਨਿਕਲਣਾ ਉਹ ਮਲਬਾ ਵੀ ਇਹਨਾਂ ਨੂੰ ਚੁਕਾਇਆ ਜਾਵੇ ਇਹਨਾਂ ਦੀ ਮੰਗ ਅਨੁਸਾਰ ਅਸੀਂ ਉਹ ਵੀ ਪ੍ਰਵਾਨ ਕੀਤਾ ਉਸ ਤੋਂ ਬਾਅਦ ਸਤਕਾਰਜੋਗ ਸਿੰਘ ਸਾਹਿਬ ਜੀ ਨੇ ਇਹਨਾਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਕੱਲਾ ਇੱਥੋਂ ਤੱਕ ਹੀ ਸੀਮਤ ਨਹੀਂ ਕਿ ਜਿਹੜਾ ਵੀ ਮਲਬਾ ਜੋ ਵੀ ਤੁਹਾਡੇ ਕੋਲੇ ਸਮਗਰੀ ਘਟੂਗੀ ਚاہے ਉਹ ਸਰਗਾ ਚਾਹੇ ਸੀਮਿੰਟ ਚਾਹੇ ਬਜਰੀ ਆ ਚਾਹੇ ਰੇਤਾ ਕੁਝ ਵੀ ਆ ਉਹ ਅਸੀਂ ਉਪਲਬਧ ਕਰਾਵਾਂਗੇ ਤਾਂ ਕਿ ਤੁਹਾਡਾ ਜਿਹੜਾ ਗੁਰਦੁਆਰਾ ਸਾਹਿਬ ਤੁਸੀਂ ਵਧੀਆ ਬਣਾਓਗੇ ਸੁੰਦਰ ਬਣਾਓਗੇ ਉਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਾ ਆਵੇ ਇਹ ਲਿਖਤੀ ਹੋਇਆ ਜੀ ਇਹ ਸਾਡਾ ਲਿਖਤੀ ਹੋਇਆ ਜੀ ਉਹ ਫੈਸਲਾ ਇਹ ਆ ਫੈਸਲਾ ਸਾਡਾ ਲੈਟਰਪੈਡ ਤੇ ਸਾਰੇ ਬੰਦਿਆਂ ਦੇ ਸਾਈਨ ਜਿਹੜੇ ਸਾਡੇ ਨਾਲ ਵੱਖ-ਵੱਖ ਕੋਰਟਾਂ ਦੇ ਵਿੱਚ ਕੇਸ ਝਗੜੇ ਸੀਗੇ ਉਹਨਾਂ ਨੇ ਕੀਤੇ ਨਾ ਬੈਠ ਕੇ ਸ਼ੁਕਰਾਨਾ ਕੀਤਾ ਬਹੁਤ ਵਧੀਆ ਫੈਸਲਾ ਹੋਇਆ ਸਰਨ ਸਿੰਘ ਸਾਹਿਬ ਗਿਆ ਦਾ ਧੰਨਵਾਦ ਕੀਤਾ ਪ੍ਰਧਾਨ ਸਾਹਿਬ ਦਾ ਧੰਨਵਾਦ ਕੀਤਾ ਸਾਰੇ ਅਸੀਂ ਮੈਂਬਰ ਮਿਲ ਜੁਲ ਕੇ ਇਕੱਠੇ ਹੋਏ ਉਸ ਤੋਂ ਬਾਅਦ ਕਾਫੀ ਟਾਈਮ ਲੱਗ ਗਿਆ ਤਾਂ ਕਿ ਆਪਾਂ ਅਮਲ ਦੇ ਵਿੱਚ ਲਿਆਉਣਾ ਸੀਗਾ ਇਹ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਬ ਕਮੇਟੀ ਦਾ ਫੈਸਲਾ ਉੱਥੇ ਹੋਇਆ ਸੀਗਾ ਤਖਤຊਿਦਮਦਮਾਨ ਸਾਹਿਬ ਤੇ ਉਥੋਂ ਆਪਣੀ ਐਗਜ਼ੀਕਟਿਵ ਨੂੰ ਜਿਹੜਾ ਭੇਜਤਾ ਵੀ ਆ ਫੈਸਲਾ ਸਾਡਾ ਸਵੀਕਾਰ ਕੀਤਾ ਜਾਵੇ ਐਗਜ਼ੀਕਟਿਵ ਦੇ ਮਤਾ ਨੰਬਰ 174 27/2023 ਨੂੰ ਐਗਜ਼ੀਕਟਿਵ ਦੀ ਮੀਟਿੰਗ ਨੇ ਉਹ ਪ੍ਰਵਾਨ ਕੀਤਾ ਜੋ ਕਿ ਆ ਮਤੇ ਦੀ ਕਾਪੀ ਮੈਂ ਤੁਹਾਨੂੰ ਦੇਵਾਂਗਾ ਸੋ ਇਹ ਤਾਂ ਸਾਡਾ ਜਿਹੜਾ ਫੈਸਲਾ ਹੋਇਆ ਸੀਗਾ ਇਹ ਆ ਦੇਖਣ ਵਾਲੀ ਗੱਲ ਇਹ ਆ ਜਿਹੜੇ ਬੰਦੇ ਸਾਡੇ ਨਾਲ ਵੱਖ-ਵੱਖ ਕੋਰਟਾਂ ਦੇ ਵਿੱਚ ਕੇਸ ਝਗੜੇ ਦਾ ਹੁਣ ਉਹਨਾਂ ਨੂੰ ਪਾਸੇ ਕੀਤਾ ਗਿਆ ਤੀਜੀਤਰ شرارتی بندے جو کہ ار ایس ایس ਦੀ ਮਦਦ ਦੇ ਨਾਲ ਚੱਲ ਰਹੇ ਔਰ ਇੱਥੋਂ ਤੱਕ ਕਿ ਸਾਨੂੰ ਪੂਰਾ ਯਕੀਨ ਆ ਕਿ ਕਿਸੇ ਵੀ ਗੁਰੂ ਗੁਰੂ ਦੀ ਮੂਰਤੀ ਜਾਂ ਕਿਸੇ ਦੀ ਹੋਰ ਮੂਰਤੀ ਇਨਸਾਨ ਦੀ ਕਿਸੇ ਪੁਰਸ਼ ਦੀ ਉੱਥੇ ਮੂਰਤੀ ਲਾਉਣਗੇ ਜਦੋਂ ਕਿ ਕੌਮ ਇਹ برداشت ਨਹੀਂ ਕਰੂਗੀ ਤਾਂ ਸਾਬ ਦੀ ਕੰਧ ਦੇ ਨਾਲ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਕੋਈ ਵੀ ਸੰਗਤ ਕੋਈ ਵੀ ਸਿੱਖ ਗੋਮੀ ਤਾਰਮਕ ਸਤਾ ਇਹਨੂੰ ਸਵੀਕਾਰ ਨਹੀਂ ਕਰੂਗੀ ਸਾਨੂੰ ਪੱਕਾ ਚ ਕੀਦਾ ਕਿ ਇੱਥੇ ਮੂਰਤੀ ਸਥਾਪਿਤ ਕਰਨੀ ਹੈ ਜਿਹੜਾ ਵੀ ਕੋਈ ਲੋਕੀ ਹੁਣ ਕਰ ਰਹੇ ਆ ਉਹ ਦੇ ਤੁਹਾਡੇ ਨਾਲ ਸਮਝੌਤਾ ਹੋਇਆ ਉਹ ਧੋਲਾਵਾ ਹੁੰਦੇ ਸਾਡੇ ਨਾਲ ਜਿਨ੍ਹਾਂ ਨੇ ਦੁੱਖ ਦੀ ਗੱਲ ਇਹ ਆ ਕਿ ਜਿਨ੍ਹਾਂ ਨੇ ਸਾਡੇ ਨਾਲ ਸਮਝੌਤਾ ਕੀਤਾ ਉਹਨਾਂ ਨੂੰ ਪਾਸੇ ਕਰਕੇ ਤੀਜੀ ਧਿਰ ਜਿਨ੍ਹਾਂ ਦਾ ਲੱਲਾ ਖੱਖਾ ਹੀ ਹੈ ਇਸ ਕੇਸ ਨਾਲ ਅੱਜ ਤੱਕ ਉਸ ਗੁਰਦੁਆਰਾ ਸਾਹਿਬ ਚ ਵੀ ਨਹੀਂ ਆਏ ਉਹ ਬੰਦੇ ਉਹ ਬੰਦੇ ਸਾਡੇ ਨਾਲ ਅੱਜ ਝਗੜਾ ਕਰਨ ਲੱਗ ਗਏ ਆ ਸੋ ਇਸ ਕਰਕੇ ਬੜੀ ਦੁੱਖ ਦੀ ਗੱਲ ਹੈ ਇਹ ਕਿ ਵੀ ਤੀਜੀ ਤਰ ਜੇ ਅੱਜ ਅਸੀਂ ਉਹ ਤਾਂ ਤੀਜੀ ਤਰ ਦਾ ਫੈਸਲਾ ਕਰ ਲੈਣਾ ਕੱਲ ਨੂੰ ਚੌਥੀ ਤਰ ਘੜੀ ਹੋ ਜੂਗੀ ਫਿਰ ਅਸੀਂ ਕਿਹਦੇ ਕਿਹਦੇ ਦਾ ਫੈਸਲੇ ਕਰਾਂਗੇ ਸਰ ਜੀ ਅਸੀਂ ਖਬਰਾਂ ਦੀ ਗੱਲ ਕਰਦੇ ਆਂ ਤੇ ਇੱਕ ਜਾਤੀਵਾਦ ਦੀ ਰੰਗਤ ਜਿਹੜੀ ਐ ਇਸ ਵਿਸ਼ੇ ਮਸਲੇ ਨੂੰ ਦਿੱਤੀ ਗਈ ਹੈ ਕਿ ਕਿਹਾ ਜਾ ਰਿਹਾ ਕਿ ਖਾਸ ਕਰਕੇ ਸਿੱਖ ਧਰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਤ ਵਿਤਕਰਾ ਜਿਹੜਾ ਵਾ ਉਹ ਨਹੀਂ ਮੰਨਿਆ ਜਾਂਦਾ ਜੋ ਜਾਤੀਵਾਦ ਵਾਲੀ ਗੱਲ ਆ ਮੈਂ ਸਰਕਾਰ ਜੋ ਪ੍ਰਧਾਨ ਸਭਾ ਨੂੰ ਬੇਨਤੀ ਕਰਾਂ ਕਿ ਇਹ ਸਪਸ਼ਟ ਕਰੇ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਆਪਨੇ ਸਵਾਲ ਕੀਤਾ ਹੈ ਕਿ ਜਾਤੀਵਾਦ ਔਰ ਮੈਂ ਬੜੇ ਦੁਖੀ ਮਨ ਨਾਲ ਇਹ ਗੱਲ ਕਹਿਣਾ ਕਿ ਜਦੋਂ ਤੂੰ ਸ੍ਰੀ ਹਰਿਮਨੀ ਕਮੇਟੀ ਹੋਣ ਦੇ ਵਿੱਚ ਆਈ ਹੈ ਜਾਂ 1999 ਦੇ ਵਿੱਚ 1699 ਦੇ ਜਦੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤਪਾਨ ਕਰਾਇਆ ਤਾਂ ਉਸ ਟਾਈਮ ਉਹਨਾਂ ਨੇ ਜਾਤ ਪਾਤ ਦਾ ਜਿਹੜਾ ਬੰਦਨਾ ਬਿਲਕੁਲ ਕੱਢ ਦਿੱਤਾ ਸੀ ਔਰ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਸ੍ਰੀ ਹਰਿਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਜਾਤ ਪਾਤ ਦੇ ਵਿੱਚ ਨਹੀਂ ਆਉਂਦੀ ਮੈਂ ਖੁਦ ਇੱਕ ਐਸਸੀ ਭਾਈਚਾਰਾ ਨਾਲ ਸੰਬੰਧ ਰੱਖਦਾ ਹਾਂ ਔਰ ਅੱਜ ਮੈਂ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੋ ਕਿ ਸੋਮਨੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਤੋਂ ਦੋ ਨੰਬਰ ਤੇ ਮੈਂ ਬੈਠਾ ਹਾਂ ਔਰ ਅਗਰ ਇਦਾਂ ਦੀ ਕੋਈ ਜਾਤ ਪਾਤ ਵਾਲੀ ਗੱਲ ਹੁੰਦੀ ਤਾਂ ਸਾਨੂੰ ਕਦੇ ਵੀ ਕੋਈ ਇਨਸਾਨ ਨੇੜੇ ਨਹੀਂ ਸੀ ਲਾਉਂਦਾ ਪਰ ਇਹ ਜੀ ਕੋਈ ਗੱਲ ਨਹੀਂ ਹੈਗੀ ਜਾਤ ਪਾਤ ਨਾਲ ਬਿਲਕੁਲ ਜਿਹੜਾ ਬਖਰੀਮਾ ਇਹ ਕੋਈ ਇਹੋ ਜੀ ਤੁਹਾਡੇ ਬਿਲਕੁਲ ਜੀ ਸੋਮਨੀ ਕਮੇਟੀ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੋ ਇਨਸਾਨ ਜੋ ਇਨਸਾਨ ਅੰਮ੍ਰਿਤ ਪਾਨ ਕਰ ਕਰਕੇ ਕਰ ਚੁੱਕਾ ਹੈ ਔਰ ਉਹ ਕਦੇ ਵੀ ਜਾਤ ਪਾਤ ਦੇ ਬੰਦਨਾਂ ਦੇ ਵਿੱਚ ਨਹੀਂ ਪੈਂਦਾ ਹੁਣ ਜੇ ਮੈਂ ਤੁਹਾਨੂੰ ਗੱਲ ਕਰਾਂ ਮੈਂ ਪਹਿਲਾਂ ਆਪਣੇ ਬਾਰੇ ਦੱਸਿਆ ਹੁਣ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਸਾਹਿਬ ਨੇ ਸਦਾ ਜਗਤਾਰ ਸਿੰਘ ਜੀ ਉਹ ਹੈੱਡ ਗ੍ਰੰਥੀ ਨੇ ਉੱਥੇ ਉਹ ਵੀ ਇੱਕ ਐਸੀ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਐਡੀਸ਼ਨਲ ਗ੍ਰੰਥੀ ਨੇ ਗੁਰਜੰਤ ਸਿੰਘ ਜੀ ਉਹ ਵੀ ਐਸੀ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਿਹੜੇ ਸਟੋਰ ਕੀਪਰ ਨੇ ਸੁਖਵਿੰਦਰ ਸਿੰਘ ਜੀ ਉਹ ਵੀ ਐਸਸੀਪੀ ਚਰਨ ਦਾ ਮੈਂ ਕਿੰਨੇ ਕਦਾ ਨਾਂ ਲਵਾਂ ਕਿ ਬਹੁਤ ਸਾਰੇ ਜਿਹੜੇ ਸਾਡੇ ਭਰਾ ਨੇ ਐਸਸੀ ਸ਼੍ਰੋਮਣੀ ਕਮੇਟੀ ਦੇ ਵਿੱਚ ਸਰਵਿਸ ਵੀ ਕਰਦੇ ਨੇ ਉੱਚੇ ਅਹੁਦਿਆਂ ਤੇ ਵੀ ਬੈਠੇ ਨੇ ਪਰ ਇਹ ਜਿਹੜਾ ਬਵਾਦ ਹੈ ਇਹ ਜਾਣਬੁੱਝ ਕੇ ਜਾਤ ਨੂੰ ਉਸ਼ਾਣ ਲਈ ਕੀਤਾ ਜਾ ਰਿਹਾ ਜੀ ਜੀ ਬੰਤ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਉਦਾਸ਼ਾਲਦੇ ਨੇ ਇਹ ਜਿਹੇ ਮਸਲੇ ਨੂੰ ਮੈਂ ਬਿਲਕੁਲ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਜਾਤ ਪਾਤ ਦਾ ਬਿਲਕੁਲ ਇਸ ਐੇ ਦੇ ਤਰੀਕੇ ਦੀ ਗੱਲ ਨਾ ਕਰਨ ਜਿਹੜੀ ਉਹਨਾਂ ਦੀ ਕਾਨੂੰਨੀ ਲੜਾਈ ਸੀ ਉਹ ਹਾਰ ਚੁੱਕੇ ਨੇ ਔਰ ਜੇ ਹਾਰ ਚੁੱਕੇ ਨੇ ਤੇ ਅੱਜ ਉਹਨਾਂ ਨੂੰ ਇਹ ਚਾਹੀਦਾ ਕਿ ਅਸੀਂ ਜਾਤ ਪਾਤ ਨੂੰ ਇੱਕ ਪਾਸੇ ਰੱਖ ਕੇ ਉਹ ਬੈਠ ਕੇ ਗੱਲ ਕਰਨ ਤਾਂ ਕਿ ਜਿਹੜੇ ਉਹਨਾਂ ਦੇ ਮਸਲੇ ਉਹ ਹੱਲ ਕੀਤੇ ਜਾਣ ਇਦਾਂ ਜਾਤ ਪਾਤ ਦਾ ਓਛਾਲ ਨਗੇ ਤਾਂ ਉਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪਰ ਪ੍ਰਧਾਨ ਜੀ ਜਿਵੇਂ ਹੁਣ ਉਹ ਬੈਠੇ ਰਹੇ ਉਹਨਾਂ ਦਾ ਹੁਣ ਕੀ ਮੰਤਵ ਕੀ ਹੈ ਤੇ ਕੀ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਰਾ ਤੁਸੀਂ ਕੀ ਕਰਾ ਜਾਓਗੇ ਮੈਂ ਬੇਨਤੀ ਕਰਦਾ ਕਿ ਇਹ ਜਿਹੜੀ ਜਾਇਦਾਦ ਆ ਜੀ ਨਾ ਇਹ ਮੇਰੀ ਆ ਨਾ ਇਹ ਪ੍ਰਧਾਨ ਸਾਹਿਬ ਦੀ ਆ ਨਾ ਕੋਈ ਏਦੋਂ ਪਹਿਲਾਂ ਵਾਲੇ ਪ੍ਰਧਾਨ ਜੋ ਰਹਿ ਚੁੱਕੇ ਉਹਨਾਂ ਨੇ ਕਿਤੇ ਆਪ ਦੀ ਪ੍ਰਾਈਵੇਟ ਵਰਤੀ ਹੈ ਇਹ ਇਹ ਪੰਥ ਦੀ ਜਾਇਦਾਦ ਆ ਬਿਲਕੁਲ ਔਰ ਪੰਥ ਦੀ ਜੋ ਗੁਰੂ ਘਰ ਦਾ ਪ੍ਰਬੰਧ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਜਾ ਦੇਤਾ ਨਾਲ ਚਲਾ ਰਹੀ ਹੈ ਅਸੀਂ ਨਹੀਂ ਚਾਹੁੰਦੇ ਕਿ ਇੰਨੀਆਂ ਕੋਰਟਾਂ ਦੇ ਵਿੱਚੋਂ ਕੇਸ ਜਿੱਤਣ ਦੇ ਬਾਵਜੂਦ ਵੀ ਕੋਈ ਹੋਰ ਦਖਲਦੰਦੀ ਕਰੇ ਆ ਕੇ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਅਸੀਂ ਦੁਆਰੇ ਵੀ ਟੇਬਲ ਤੇ ਬੈਠਣ ਨੂੰ ਤਿਆਰ ਆ। ਜਿਹੜੀ ਤੀਜੀ ਧਰ ਆ ਗਈ ਆ। ਵੈਸੇ ਸਾਡਾ ਹੱਕ ਨਹੀਂ ਬਣਦਾ ਕਿਉਂਕਿ ਸਾਡੇ ਨਾਲ ਕਿਸੇ ਵੀ ਕਿਸੇ ਕੋਰਟ ਦੇ ਵਿੱਚ ਉਹ ਨਹੀਂ ਲੜੇ। ਪਰ ਫੇਰ ਵੀ ਜੇ ਆ ਗਏ। ਇੱਕ ਵੱਡਾ ਦਲ ਕਰਕੇ ਅਸੀਂ ਕਹਿੰਦੇ ਹਾਂ ਕਿ ਅਸੀਂ ਪ੍ਰਧਾਨ ਸਾਹਿਬ ਜੀ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਨਾਲ ਵੀ ਗੱਲ ਗੱਲਬਾਤ ਕਰਨ ਦਾ ਸਾਨੂੰ ਮੌਕਾ ਦਿੱਤਾ ਜਾਵੇ ਤਾਂ ਕਿ ਅਸੀਂ ਉਹਨਾਂ ਦੇ ਪੱਖ ਤੋਂ ਲੱਗੇ। ਪੱਖ ਸੁਣ ਕੇ ਜੋ ਫੈਸਲਾ ਅੱਗੇ ਹੋਊਗਾ ਅਸੀਂ ਕਰਨ ਦਾ ਉਹ ਬਚਣ ਕਰਾਂਗੇ।